हां जी मेरे प्यारे विद्यार्थियों ਤੁਹਾਡਾ ਸਵਾਗਤ ਹੈ ਮੇਰੇ ਚੈਨਲ ਐਜੂਕੇਸ਼ਨ ਸਿੰਪਲੀਫਾਈਡ ਬਾਈ OCDC ਦੇ ਉੱਪਰ ਸੋ ਤੁਸੀਂ ਜਾਣਦੇ ਹੋ ਕਿ ਅੱਜ ਕੱਲ੍ਹ ਹਰ ਵਿਦਿਆਰਥੀ ਦਾ ਸੁਪਨਾ ਹੈ ਕਿ ਪੜ੍ਹ ਲੈ ਕੇ ਉਸ ਨੂੰ ਇੱਕ ਸਰਕਾਰੀ ਨੌਕਰੀ ਮਿਲ ਜਾਵੇ ਸੋ ਸਰਕਾਰੀ ਨੌਕਰੀ ਲੈਣ ਦੇ ਲਈ ਬਹੁਤ ਸਮਝਦਾਰੀ ਨਾਲ ਕੋਰਸ ਦੀ ਸਿਲੈਕਸ਼ਨ ਕਰਨੀ ਪੈਂਦੀ ਹੈ ਸਟਰੀਮ ਦੀ ਸਿਲੈਕਸ਼ਨ ਕਰਨੀ ਪੈਂਦੀ ਹੈ ਕਿ ਸਾਨੂੰ ਕੀ ਅਜਿਹਾ ਕਰਨਾ ਚਾਹੀਦਾ ਹੈ ਕਿਤੇ ਅਸੀਂ ਜਲਦ ਤੋਂ ਜਲਦ ਜਿਹੜੀ ਨੌਕਰੀ ਆਪ੍ਰਾਪਤ ਕਰ ਸਕੀਏ ਸੋ ਨਾਲ ਹੀ ਜਾਗਰੂਕਤਾ ਅਵੇਅਰਨੈਸ ਦੀ ਕਮੀ ਦੇ ਕਾਰਨ ਵਿਦਿਆਰਥੀ ਕਈ ਵਾਰ ਗਲਤ ਕੋਰਸ ਦੀ ਸਿਲੈਕਸ਼ਨ ਕਰ ਲੈਂਦੇ ਨੇ ਅਤੇ ਕੰਪੀਟੀਸ਼ਨ ਦੇ ਸਯੋਜਗ ਵਿੱਚ ਉਹ ਨੌਕਰੀ ਤੋਂ ਵਾਂਝੇ ਰਹਿ ਜਾਂਦੇ ਨੇ ਸੋ ਅੱਜ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਣ ਜਾ ਰਿਹਾ ਕੁਝ ਅਜਿਹੇ ਕੋਰਸ ਜੋ ਤੁਸੀਂ ਪਲੱਸ 2 ਕਿਸੇ ਵੀ ਸਟਰੀਮ ਵਿੱਚ ਕਰਨ ਤੋਂ ਬਾਅਦ ਸਿਰਫ 1 ਸਾਲ ਵਿੱਚ ਹੀ ਕਰਕੇ ਸਰਕਾਰੀ ਨੌਕਰੀ ਦੇ ਹੱਕਦਾਰ ਬਣ ਸਕਦੇ ਹੋ ਤੇ ਇਹ ਕੋਰਸ ਬਹੁਤ ਹੀ ਘੱਟ ਫੀਸ ਦੇ ਵਿੱਚ ਪੰਜਾਬ ਦੇ ਵਿੱਚ ਹੋ ਜਾਂਦੇ ਨੇ ਠੀਕ ਹੈ ਜੀ ਤੇ ਲਗਭਗੇ ਤਿੰਨੋ ਚਾਰ ਕੋਰਸੜੇ ਮੈਂ ਤੁਹਾਨੂੰ ਦੱਸਣ ਜਾ ਰਿਹਾ ਤੁਸੀਂ ਇਹਨਾਂ 'ਚੋਂ ਕਿਸੇ ਬਾਰੇ ਕਦੇ ਸੁਣਿਆ ਵੀ ਨਹੀਂ ਹੋਵੇਗਾ ਵੀ ਅਜਿਹੇ ਵੀ ਕੋਰਸ ਹੋ ਸਕਦੇ ਨੇ ਜਿਨ੍ਹਾਂ ਦੇ ਬੀਸ ਤੇ ਸਰਕਾਰੀ ਨੌਕਰੀ ਮਿਲ ਸਕਦੀ ਹੈ ਤੇ ਇਹ ਨੌਕਰੀਆਂ ਹੁਣ ਵੀ ਅੱਜ ਦੀ ਘੜੀ ਵੀ ਮਤਲਬ ਮੈਂ ਗੱਲ ਕਰ ਰਿਹਾ ਇਹ 16 ਨਵੰਬਰ 2023 ਦੀ ਤਾਂ ਹੁਣ ਵੀ ਇਹ ਨੌਕਰੀਆਂ ਪੰਜਾਬ ਅਤੇ ਦਿੱਲੀ ਦੇ ਵਿੱਚ ਨਿਕਲੀਆਂ ਹੋਈਆਂ ਨੇ ਤਾਂ ਆਪਣਾ ਪਹਿਲਾ ਕੋਰਸ ਜੋ ਤੁਹਾਨੂੰ ਦੱਸਣ ਜਾ ਰਿਹਾ ਉਹ ਹੈ ਆਰਥੋਪੈਡਿਕ ਟੈਕਨੀਕਸ ਸੋਹੇ ਆਰਥੋਪੈਡਿਕ ਟੈਕਨੀਕ ਦਾ ਕੋਰਸ ਜੋ ਹੈ ਇਹ ਸਿਰਫ 1 ਸਾਲ ਦਾ ਹੈ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ ਵਿੱਚ ਇਸ ਦੀਆਂ 20 ਸੀਟਸ ਹਨ ਤੇ ਇਹਦੇ ਲਈ ਜਿਹੜੀ ਐਡਮਿਸ਼ਨ ਦੀ ਪ੍ਰੋਸੈਸ ਹੈ ਉਹ ਸਟਾਰਟ ਹੋ ਚੁੱਕੀ ਹੈ ਤੁਹਾਨੂੰ ਇਹ ਡਿਸੀਜਨ ਮਤਲਬ ਨਵੰਬਰ ਦੇ ਮਨთ ਦੇ ਵਿੱਚ ਹੀ 22 ਜਾਂ 23 ਨਵੰਬਰ ਤੱਕ ਡਿਸੀਜਨ ਲੈਣਾ ਪਵੇਗਾ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇਹ ਕੋਰਸ ਦੇ ਲਈ ਬਾਬਾ ਫਰੀਦ ਯੂਨੀਵਰਸਿਟੀ ਆਫ ਮੈਡੀਕਲ ਸਾਇੰਸ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਆਪਣੀ ਜੋ ਵੀ ਫੀਸ ਹੈਗੀ ਉਹ ਫਿਲ ਕਰਕੇ ਕਾਉਂਸਲਿੰਗ ਪ੍ਰੋਸੈਸ ਦੇ ਵਿੱਚ ਪਾਰਟਿਸਪੇਸ਼ਨ ਕਰ ਸਕਦੇ ਹੋ ਇਸ ਕੋਰਸ ਨੂੰ ਅਪਲਾਈ ਕਰਨ ਦੀ ਜਿਹੜੀ ਲਾਸਟ ਤਰੀਕ ਉਹ 21 ਨਵੰਬਰ ਹੈਗੀ ਅਤੇ 24 ਨਵੰਬਰ ਨੂੰ ਕਾਉਂਸਲਿੰਗ ਪ੍ਰੋਸੈਸ ਹੋਣੀ ਹੈ ਤੁਸੀਂ ਇਸ ਇਮੇਜ ਦੇ ਵਿੱਚ ਦੇਖ ਸਕਦੇ ਹੋ ਐਡਮਿਸ਼ਨ ਨੋਟਿਸ ਪੈਰਾਮੈਡੀਕਲ ਕੋਰਸਸ 2023 ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਠੀਕ ਹੈ ਜੀ 24 ਨੂੰ ਕਾਉਂਸਲਿੰਗ ਹੋਵੇਗੀ 24 ਨਵੰਬਰ ਨੂੰ 21 ਨਵੰਬਰ ਤੱਕ ਤੁਸੀਂ ਪੈਰਾਮੈਡੀਕਲ ਕੋਰਸਸ ਜਿਹੜੇ ਮੈਂ ਦੱਸ ਰਿਹਾ ਉਹਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਸੋ ਆਪਾਂ ਨੇ ਪਹਿਲਾ ਕੋਰਸ ਜਿੱਦੀ ਗੱਲ ਕੀਤੀ ਹੈ ਉਹ ਹੈਗੀ ਆ ਆਰਥੋਪੈਡਿਕ ਟੈਕਨੀਕਸ ਠੀਕ ਹੈ ਹੱਡੀਆਂ ਦੇ ਡਾਕਟਰ ਨਾਲ ਇੱਕ ਸਹਾਇਕ ਦੇ ਤੌਰ ਤੇ ਤੁਸੀਂ ਕੰਮ ਕਰ ਸਕੋਗੇ ਤੇ ਹੁਣ ਚ ਪਹੁੰਚ ਚਲਦੇ ਆ ਕੋਰਸ ਨੰਬਰ 2 ਦੇ ਉੱਪਰ ਤਾਂ ਕੋਰਸ ਨੰਬਰ 2 ਤੁਹਾਡਾ ਹੈਗਾ ਜੀ ਬਹੁਤ ਜ਼ਿਆਦਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸ ਦੀ ਡਿਮਾਂਡ ਹੈਗੀ ਹੈਗੀ ਇੰਟਰਨੈਸ਼ਨਲ ਲੈਵਲ ਤੇ ਇਸ ਦੀ ਡਿਮਾਂਡ ਹੈ ਡੈਂਟਲ ਹਾਈਜੀਨ ਅਤੇ ਓਰਲ ਪ੍ਰੋਫਾਈਲੈਕਸਿਸ ਓਰਲ ਪ੍ਰੋਫਾਈਲੈਕਸਿਸ ਤੋਂ ਭਾਵ ਹੁੰਦਾ ਹੈ ਕਿ ਦੰਦਾਂ ਦੀਆਂ ਬਿਮਾਰੀਆਂ ਤੋਂ ਰੋਕਥਾਮ ਕਰਨਾ ਠੀਕ ਹੈ ਦੰਦਾਂ ਦੀ ਇਸ ਤਰ੍ਹਾਂ ਦੀ ਕੇਅਰ ਕਰਨਾ ਕਿ ਬਿਮਾਰੀਆਂ ਹੋਣ ਤੋਂ ਪਹਿਲਾਂ ਹੀ ਉਹਨਾਂ ਨੂੰ ਰੋਕਿਆ ਜਾ ਸਕੇ ਸੋ ਦੰਦਾਂ ਦੀ ਸਫਾਈ ਨੂੰ ਉੱਪਰ ਡੈਂਟਲ ਹਾਈਜੀਨ ਕਹਿੰਦੇ ਹਨ ਤਾਂ ਡੈਂਟਲ ਹਾਈਜੀਨ ਤੇ ਓਰਲ ਪ੍ਰੋਫਾਈਲੈਕਸਿਸ ਜੋ ਹੈ ਡੈਂਟਿਸਟ ਦੇ ਨਾਲ ਸਹਾਇਕ ਦੇ ਤੌਰ ਤੇ ਕੰਮ ਕਰ ਸਕਦੇ ਹਨ ਅਤੇ ਦੇਸ਼ਾਂ-ਵੇਸਾਂ ਦੇ ਵਿੱਚ ਇਹਦੀ ਬਹੁਤ ਜ਼ਿਆਦਾ ਡਿਮਾਂਡ ਹੋਣ ਕਰਕੇ ਇਹ ਕੋਰਸ ਤੁਸੀਂ 1 ਸਾਲ ਦੇ ਵਿੱਚ ਹੀ ਕਰਕੇ ਨੌਕਰੀ ਦੇ ਲਈ ਐਲੀਜੀਬਲ ਹੋ ਸਕਦੇ ਹੋ ਨੈਸ਼ਨਲ ਅਤੇ ਇੰਟਰਨੈਸ਼ਨਲ ਲੈਵਲ ਦੇ ਉੱਪਰ ਸੋ ਓਰਲ ਪ੍ਰੋਫਿਲੈਕਸਿਸ ਮੈਂ ਤੁਹਾਨੂੰ ਆਲਰੇਡੀ ਸਮਝਾ ਚੁੱਕਿਆ ਕਿ ਦੰਦਾਂ ਦੀ ਸਾਫ ਸਫਾਈ ਤੇ ਦੰਦਾਂ ਨੂੰ ਬਿਮਾਰੀ ਬਿਮਾਰੀਆਂ ਤੋਂ ਰੋਕਣ ਦੇ ਲਈ ਜੋ ਟ੍ਰੀਟਮੈਂਟ ਆਪਾਂ ਪਹਿਲਾਂ ਤੋਂ ਲਈਏ ਉਸ ਨੂੰ ਪ੍ਰੋਫਿਲੈਕਸਿਸ ਕਿਹਾ ਜਾਂਦਾ ਹੈ ਸੋ ਉਹ ਤੁਸੀ ਸਿੱਖਣਾ ਹੁੰਦਾ ਇਸ ਕੋਰਸ ਦੇ ਵਿੱਚ ਤੇ ਬਹੁਤ ਜ਼ਿਆਦਾ ਡਿਮਾਂਡ ਹੋਣ ਦੇ ਕਰਕੇ ਇਹ ਕੋਰਸ ਤੁਹਾਡੇ ਲਈ ਬਹੁਤ ਜ਼ਿਆਦਾ ਜਿਹੜਾ ਫਾਇਦੇਮੰਦ ਸਾਬਿਤ ਹੋ ਸਕਦਾ ਹੈ ਹੁਣ ਆਪਾਂ ਚੱਲਦੇ ਹਾਂ ਅਗਲੇ ਕੋਰਸ ਤੇ ਤਾਂ ਅਗਲਾ ਕੋਰਸ ਤੁਹਾਡੇ ਲਈ ਡੈਂਟਲ ਚੇਅਰ ਸਾਈਡ ਅਸਿਸਟੈਂਟ ਤੁਸੀਂ ਦੇਖਿਆ ਹੋਵੇਗਾ ਜਦੋਂ ਆਪਾਂ ਡੈਂਟਲ ਡਾਕਟਰ ਕੋਲ ਕੰਮ ਕਰ ਕਰਬਾਨ ਜਾਂਦੇ ਹਾਂ ਦੰਦਾਂ ਦਾ ਕੋਈ ਵੀ ਤਾਂ ਆਪਣੇ ਮੂੰਹ ਦੇ ਵਿੱਚੋਂ ਜਿਹੜਾ ਸਲਾਈਵਾ ਵਗੈਰਾ ਹੁੰਦਾ ਉਹਨੂੰ ਸাকਸ਼ਨ ਕਰਦੇ ਹੁੰਦੇ ਦੇਖ ਕੇ ਅਸਿਸਟੈਂਟ ਡਾਕਟਰ ਦੇ ਨਾਲ ਠੀਕ ਹੈ ਤਾਂ ਉਹਨਾਂ ਨੂੰ ਕਿਹਾ ਜਾਂਦਾ ਹੈ ਡੈਂਟਲ ਚੇਅਰ ਸਾਈਡ ਅਸਿਸਟੈਂਟ ਤਾਂ ਇਸ ਦੇ ਵੀ ਗਵਰਨਮੈਂਟ ਪੋਸਟਾਂ ਸੈਂਟਰਲ ਅਤੇ ਸਟੇਟ ਲੈਵਲ ਦੀਆਂ ਹੁਣ ਵੀ ਪੰਜਾਬ ਅਤੇ ਦਿੱਲੀ ਵਿੱਚ ਨਿਕਲੀਆਂ ਹੋਈਆਂ ਹਨ ਠੀਕ ਹੈ ਤੇ ਕੋਰਸ ਨਾ ਹੋਣ ਕਰਕੇ ਮੈਨੂੰ ਲੱਗਦਾ ਕਿਸੇ ਕੋਲ ਕਿਸੇ ਨੇ ਅਪਲਾਈ ਹੇਠ ਤੱਕ ਨਹੀਂ ਕੀਤਾ ਹੋਵੇਗਾ ਕਿਉਂਕਿ ਅਵੇਅਰਨੈਸ ਮੈਦਾਸੋਕ ਆਬੀ ਦੀ ਕਮੀ ਕਾਰਨ ਇਹ ਕੋਰਸ ਕਈ ਲੋਕਾਂ ਨੇ ਨਹੀਂ ਕੀਤੇ ਹੋਏ ਤਾਂ ਇਹ ਇੱਕ ਨਵੀਨ ਕੋਰਸ ਆਪਾਂ ਕਹਿ ਸਕਦੇ ਹਾਂ ਤੇ ਇਸ ਦੀ ਬਹੁਤ ਜ਼ਿਆਦਾ ਆਉਣ ਵਾਲੇ ਸਮੇਂ 'ਚ ਡਿਮਾਂਡ ਆਵੇਗੀ ਤਾਂ ਤੁਸੀਂ ਇਹ ਕੋਰਸ ਕਰ ਸਕਦੇ ਹੋ ਇਹਦੇ ਵੀ 19 ਸੀਟ ਜਿਹੜੀ ਹੈਗੀ ਆ ਉਹ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਅਵੇਲੇਬਲ ਨੇ ਤੇ ਜਿੰਨੀ ਜਲਦੀ ਡਿਸੀਜਨ ਲਓਗੇ ਓਨੀ ਜਲਦੀ ਤੁਹਾਨੂੰ ਐਡਮਿਸ਼ਨ ਦੇ ਚਾਂਸਸ ਜਿਹੜੇ ਹੈਗੇ ਉਹ ਵੱਜ ਜਾਣਗੇ ਉਮੀਦ ਕਰਦਾ ਇਹ ਵੀਡੀਓ ਤੁਹਾਨੂੰ ਪਸੰਦ ਆਵੇਗਾ ਇਸ ਤਰ੍ਹਾਂ ਦੇ ਹੋਰ ਵੀਡੀਓ ਦੇਖਦੇ ਰਹਿਣ ਦੇ ਲਈ ਚੈਨਲ ਦੇ ਨਾਲ ਹਮੇਸ਼ਾ ਲਈ ਜੁੜ ਜਾਵੋ ਸਬਸਕ੍ਰਿਪਸ਼ਨ ਦਾ ਬਟਨ ਦਬਾਨਾ ਬਿਲਕੁਲ ਵੀ ਨਾ ਭੁੱਲੋ ਤੇ ਸ਼ੇਅਰ ਵੀ ਕਰ ਦੋ ਥੈਂਕ ਯੂ ਥੈਂਕਸ ਫॉर ਵਾਚਿੰਗ